ਖਵਾਸਪੁਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਡੇਰਾ ਰਾਮਪੁਰ ਮੇਗੋਵਾਲ ਗੰਜਾਂ ਦੇ ਸੰਚਾਲਕ ਸੰਤ ਬਾਬਾ ਇੰਦਰਦਾਸ ਜੀ ਦੀ ਸਰਪ੍ਰਸਤੀ ਹੇਠ ਨਿਰੰਜਨ ਕੁਟੀਆ ਡੇਰਾ ਪੁਬੋਆਣਾ ਪਿੰਡ ਕੁੜਿਆਲ ਜ਼ਿਲ੍ਹਾ ਜਲੰਧਰ ਵਿਖੇ ਬੰਦੀ ਛੋੜ ਸਤਿਗੁਰੂ ਈਸ਼ਰਦਾਸ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ। ਕੀਰਤਨੀ ਜਥਿਆਂ ਵਿੱਚ ਭਾਈ ਜਤਿੰਦਰ ਸਿੰਘ ਮਲਕਪੁਰ ਵਾਲੇ, ਭਾਈ ਹੀਰਾ ਸਿੰਘ ਰਤਨਮਾਨਕ ਢੇਰੀ ਵਾਲੇ, ਭਾਈ ਜੱਸਾ ਸਿੰਘ ਜੀ ਮੇਗੋਵਾਲ ਵਾਲੇ ਅਤੇ ਭਾਈ ਸੁਖਜਿੰਦਰ ਸਿੰਘ ਭੱਟੀ ਫਗਵਾੜਿਆਂ ਵਾਲਿਆਂ ਦੇ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ। ਇਸ ਮੌਕੇ ਪਹੁੰਚੇ ਸੰਤ ਮਹਾਂਪੁਰਸ਼ਾਂ ਵਿੱਚ ਸੰਤ ਬਾਬਾ ਮਹਿੰਦਰ ਦਾਸ ਜੀ ਮੇਗੋਵਾਲ ਵਾਲੇ, ਸੰਤ ਬਾਬਾ ਜਤਿੰਦਰ ਦਾਸ ਮੇਗੋਵਾਲ ਵਾਲੇ, ਸੰਤ ਰਵੀਦਾਸ ਜੀ ਤਾਰਾਗੜ੍ਹ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚੇ। ਸੰਤ ਬਾਬਾ ਇੰਦਰਦਾਸ ਜੀ ਮੇਗੋਵਾਲ ਵਾਲਿਆਂ ਨੇ ਸੰਗਤਾਂ ਨੂੰ ਸੰਤ ਬਾਬਾ ਈਸ਼ਰਦਾਸ ਜੀ ਦੀ ਬਾਣੀ ਨਾਲ ਜੁੜਨ ਅਤੇ ਸੇਵਾ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਸੰਤ ਬਾਬਾ ਇੰਦਰਦਾਸ ਜੀ ਨੇ ਕਿਹਾ ਕਿ ਇਹ ਧਾਰਮਿਕ ਸਮਾਗਮ ਸਰਬੱਤ ਦੇ ਭਲੇ ਲਈ ਕਰਵਾਇਆ ਗਿਆ ਹੈ। ਸੰਤ ਈਸ਼ਰਦਾਸ ਜੀ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਸਾਰੇ ਸੰਸਾਰ ਵਿੱਚ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਰਹੇ, ਸੰਗਤ ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੇ। ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਕੇ ਅਟੁੱਟ ਲੰਗਰ ਵਰਤਾਏ ਗਏ। ਪਿੰਡ ਕੁੜਿਆਲ, ਪਿੰਡ ਚੁਖਿਆਰਾ, ਪਿੰਡ ਮੇਗੋਵਾਲ ਅਤੇ ਹੋਰ ਦੂਰ ਦੁਰਾਡੇ ਪਿੰਡਾਂ ਤੋਂ ਸੰਗਤਾਂ ਆਈਆਂ ਹੋਈਆਂ ਸੀ, ਜਿਨ੍ਹਾਂ ਨੇ ਪਾਵਨ ਸਥਾਨਾਂ ਦੀਆਂ ਹਾਜ਼ਰੀਆਂ ਭਰੀਆਂ ਅਤੇ ਸੇਵਾ ਸਿਮਰਨ ਦਾ ਆਨੰਦ ਲਿਆ। ਅਦਾਰਾ ਖਵਾਸਪੁਰ ਟੀਵੀ ਦੀ ਵਿਸ਼ੇਸ਼ ਰਿਪੋਰਟ।
كن کا ایک جس جی وساوے تاکہ مہما کنی نہ آوے اندر وساون دی گلے گاویا بڑا جوان دے نال ساتھ سنگت پڑھیا بڑا ساتھ سنگت جی پر گل تے نبڑے گی ساتھ سنگت سنیا منیا سن لیا منیا پھر او دے وچوں من کیتا بھاؤ بھاؤ پریم پیدا ہوندا ਸਰਬੱਤ ਦੀ ਭਲੇ ਦੀ ਵਾਸਤੇ ਹੈ ਸਤਿਗੁਰੂ ਸਰਦਾਰ ਜੀ ਮਹਾਰਾਜ ਦਾ ਕਬਰਸਤਾਨ ਹੈ ਸਾਰੇ ਸੰਸਾਰ ਦੇ ਵਿੱਚ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਰਹੀ ਸੰਤ ਮਹਾਪੁਰਖ ਸਾਰੀ ਸੰਗਤ ਸਾਰਿਆ ਸੰਸਾਰ ਉਸ ਪਰਮਾਤਮਾ ਦੀ ਕਿਰਪਾ ਅਕਾਲ ਪੁਰਖ ਦੀ ਵਾਹਿਗੁਰੂ ਦੀ ਪਰਮਾਤਮਾ ਦੀ ਰਹੇ ਸਾਰੇ ਘਰਾਂ ਦੇ ਵਿੱਚ ਆਪਣੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਿੱਧ ਕਰਨ ਸਾਰੇ ਘਰਾਂ ਦੇ ਵਿੱਚ ਹਰ ਤਰੀਕੇ ਦੇ ਨਾਲ ਨਿੱਧੀਆਂ ਸਿੱਧੀਆਂ ਦੀਆਂ ਬਰਕਤਾਂ ਰਹਿਣ ਸਾਰਿਆਂ ਦਾ ਭਲਾ ਹੋਵੇ ਇਹ ਸਾਡੀ ਸਾਰਿਆਂ ਦੀ ਸਤਿਗੁਰ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਬੇਨਤੀ ਹੈ ਇਹ ਜੋ ਚੈਨਲ ਵਾਲੇ ਹਨ ਇਹਨਾਂ 'ਤੇ ਮਹਾਰਾਜ ਕਿਰਪਾ ਰੱਖਣ ਇਸੇ ਤਰ੍ਹਾਂ ਇਹ ਗੁਰੂ ਰਾਮ ਸਾਰੀਆਂ ਸੰਗਤਾਂ 'ਤੇ ਪਹੁੰਚਾਉਂਦੇ ਰਹਿਣ ਸਤਿਗੁਰ ਇਹਨਾਂ ਦੇ ਪਰਿਵਾਰਾਂ 'ਤੇ ਕਿਰਪਾ ਕਰਨ ਇਹ ਸਾਡੀ ਗੁਰੂ ਚਰਨਾਂ 'ਚ ਅਰਦਾਸ ਹੈ ਸਤਿ ਸਹਿਬ ਸਤਿ ਸਹਿਬ ਸਤਿ ਸਹਿਬ